ਸ਼ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਆਰ ਚੈਨਲ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਤੁਹਾਡੀ ਸਪੋਰਟ ਤੇ ਪਿਆਰ ਦੇ ਨਾਲ ਸ਼ਿਵਮ ਦੇ 200 ਕੇ ਕੰਪਲੀਟ ਹੋ ਚੁੱਕੇ ਆ ਇੰਸਟਾਗ੍ਰਾਮ ਤੇ ਓ ਮਾਈ ਗਾਡ ਤੇ ਹੁਣ ਆਪਾਂ ਸੋਚਿਆ ਕਿ ਉਹਨੂੰ ਆਪਾਂ ਸੈਲੀਬ੍ਰੇਟ ਕਰੀਏ ਤੇ ਆਪਾਂ ਹੁਣ ਸ਼ਿਵਮ ਨੂੰ ਤੇਰਾ ਸਰਪ੍ਰਾਈਜ਼ ਕਿਉਂਕਿ ਉਹਨਾਂ ਨੂੰ ਤੇ ਕੋਈ ਕੰਮ ਨਹੀਂ ਕਰਕੇ ਦੇ ਸੁੱਤੇ ਹੋਏ ਨੇ ਆਪਾਂ ਹੁਣ ਜਾ ਕੇ ਖਾਵਾਂਗੇ ਨਾ ਖਾਵਾਂਗੇ ਕੇਕ ਵੀ ਲੈ ਕੇ ਜਾਵਾਂਗੇ ਦੱਸ ਨਾ ਹਾਂ ਤੇ ਹੁਣ ਆਪਾਂ ਕੇਕ ਲੈਣ ਆਇਆ ਚਲੋ ਕੇਕ ਪਸੰਦ ਕਰੋ ਪਸੰਦ ਕੀ ਕਰਨਾ ਕੱਲ ਦੇ ਕੇ ਆਏ ਹਾਂ ਸਾਡੇ ਅਗਲੇ ਬਨੇ ਕਢਾਈ ਦੀ ਕੇਕ ਨੂੰ ਆਵੇਂ ਕੇਕ ਆਪਾਂ ਆਰਡਰ ਕਰਤਾ ਹੈ ਕੱਲ ਤੇ ਅੱਜ ਆਪਾਂ ਕੇਕ ਲੈਣ ਜਾਂਦੇ ਆ ਤੇ ਬੇਕਰੀ ਦੇ ਬਾਹਰ ਪਹੁੰਚੇ ਹੋਏ ਆ ਲੈ ਕੇ ਕੇਕ ਚਲੀਏ ਫਿਰ ਹਾਂ ਹਾਂ ਚਲੋ ਚਲੀਏ ਚਲੋ ਤੁਹਾਨੂੰ ਉੱਥੇ ਮਿਲਦੇ ਆ ਜਾ ਕੇ ਬਾਏ ਉਹ ਫਾਈਨਲੀ ਕੇਕ ਲੈ ਲਿਆ ਆਪਣੇ ਦਾ ਵੱਡਾ ਕੇਕ ਚੱਕੀ ਫਿਰਦੀ ਏ ਥੱਲੇ ਨਾ ਆ ਜੀ ਮੈਡਮ ਫੜਦਾ ਵੀਰ ਫੜਦਾ ਨਹੀਂ ਆਂਦੀ चपेड़ा मार्केट होने चढ़ मैं चपेड़ा मारने तू पिछे चल साहिब जी की कहना चाहोगे बाई दे 200 के होए मैं यार चपेड़ा मारने उठाऊंगा चपेड़ा मार के साला पहले ही उठा चलो हुण अहीं करदे आ पार्टी ते तुहानूं नाल नाल अपडेट दिंदे रहांगे एकदम इन्होंने वक्त बदल दिया जज्बात बदल दिए जिंदगी बदल दी ये क्या केक दिव्या के मुंह में और दिव्या ने पकड़ा और ये क्या शिवम के मुंह में सर जी कितना लग गया था ये 200 के पूरे हो चुके ने ते फिर की कहना पसंद करोगे थैंक यू सो मच इतना प्यार देने लिए बस इदा ही यूट्यूब ते इतना प्यार दो ते नाले केक खा लो आन के सब्सक्राइब कर दियो नाले मेरे भी जल्दी जल्दी 300 के कर दो मैडम नु ब्लॉक कर दो ए तुसी अपने गल ते आजो मेनू करिया फॉलो बस इदे 300 के कर लो फिर इकट्ठे पार्टी कर लांगे आहो सही गल जी
ਨਹੀਂ ਨਹੀਂ ਕਰ ਦੋ ਫੋਲੋ ਯਾਰ ਫੋਲੋ ਕਰ ਮੇਰੇ 30 ਕੇ ਨਾ ਹੁਣ ਸਾਡੇ 300 ਹੋ ਜਾਣੇ ਅੱਜ ਨੇ ਫੋਨ ਪੜਿਆ ਤੇ ਵੀ 30 ਕੇ ਕਰ ਦੇਣਾ ਤੇ ਲਵਲੀ ਦੇ ਮੈਂ ਕਹਿੰਦਾ 0 0 ਕਰ ਦੇਣਾ ਉਹ ਨਹੀਂ 0 0 ਮਿਲ ਗਿਆ ਅੱਗੇ ਸੁਣਦੇ ਲੈ ਅੱਛਾ 0 0 ਲਵਲੀ ਦੇ 1 ਲੱਖ ਦਾ ਇੱਕ ਐਮ ਲੱਗ ਜੇ ਤੇਰਾ ਹਾਂ ਐਮ ਲੱਗ ਜੇ ਫਿਰ ਐਮ ਤੇ ਪਾਰਟੀ ਹੋਏਗੀ ਬਸ ਐਮ ਤੇ ਐਮ ਤੇ ਕਰਦੀ ਗੱਲ ਹੋਏ 1 ਮਿਲੀਅਨ ਦੇ 1 ਮਿਲੀਅਨ ਦੇ ਬਸ ਕਰਦੀ ਉਹ ਗੱਲ ਤੇ ਠੀਕ ਨਾ ਪਾਵਾਂ ਹਲੇ रुपया 500 लगूगा मैं वीडियो बना देना खिचड़ी खा रही हूं तू खिचड़ी खाएंगे एक हफ्ता ठीक है खाओ खाओ अपना हां तुही के पाल दे जे अंदरा तुही के पाल दे जे ये करी वीडियो बनाणी मैं तो बना ले कोई चक्कर नहीं जितनी मर्जी बना ले कितनी बना ले जितनी मर्जी एक बना एक बनाई एक लवली मैं तेरे से लेके आया तेरा 200 के लगाना मेरा भी तू करे ले जी ठीक है केक के तो बारो 100 के बाल ले लूंगा 200 के ला हां देख पैसे लग गए पर चीज बन गई ना हां पैसे दे पैसे लगे पर चीज बन गई ना ये हर एक दे 200 के ते ही लाना वा सीधा कह जरा बचा सारा मैं खाऊंगा लवली आ की शैव लवली थोड़ा थोड़ा पाई ते मैं आप तेनू पता मैं राती खाना हुंदा भुख लग जांदी राती थोड़ा 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 मेरा भरा हाँ ठीक है ठीक है ठीक है पानी की गल कल से खाना पैक पूक नहीं मम्मी चुक लो यार थोड़ा रह गया जे आदर वेख तू मिला बार भी जाना यार जल्दी करो भुखे बस ठीक है फिर मम्मी लो जिन्ना बचे जे नहीं तो भी नहीं बचना लो 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 चुको चुको जल्दी पा लेंगे तो कोई गल नहीं तेन कह दी यार नहीं मिल जाता तू रह दे मम्मी लो तुम अपने आप उत जाके पालियो इन्हों का नहीं पता मैं थोड़ा होर पा लेना ये ਰਹਿਣ ਤੇ ਯਾਰ ਦੱਸ ਉਹ ਚਾਰ ਦਿਨ ਸੁੱਟਦਾ ਹੀ ਸਾਈਡ ਤੇ ਪਾਪੀ ਜਾਣਾ ਹੀ ਆ ਕਿ ਮਿਸਟਰ ਗਾਣਾ ਹਾਂ ਆਪ ਮਿਸਟਰ ਗਾਣਾ ਹੋਣੀ ਜੀ ਕਦਰ ਨਹੀਂ ਕਰਨੀ ਉਹ ਸੁੱਟੇ ਆਣੀ ਆ ਮੈਂ ਲਾਇਆ ਵਾ ਵੇਖੋ ਇੰਨਾ ਫ੍ਰਿਜ ਲਾ ਦੇਣਾ ਹੁਣ ਇੰਨਾ ਇਹ ਪਰ ਚਲੋ ਹੁਣ ਆਪਾਂ ਬਾਕੀ ਦਾ ਵਲੋਗ ਆਪਾਂ ਜਾ ਕੇ ਕਰਦੇ ਹੁਣ ਖਾਣ ਪੀਣ ਚੱਲੇ ਆ ਇੰਜਨ ਨੇ ਵੈਸੇ ਜਾਣਾ ਨਹੀਂਗਾ ਸਾਹਿਬ इंजल जी मम्मी जी का बर्थडे भी आ
ਤੇ ਪਾਰਟੀ ਕੋਈ ਨਾ ਬਾਅਦ ਚ ਲੈ ਲਾਂਗੇ ਕੋਈ ਚੱਕਰ ਨਹੀਂ ਤਾਜ ਕੰਡੀ ਬੁੱਕ ਕਰਾਣਾ ਮੈਂ ਤਾਜ ਕਿਹੜਾ ਚੰਡੀਗੜ੍ਹ ਦਾ ਨਹੀਂ ਨਹੀਂ ਤਾਜ ਤਾਜ ਨਾ ਇੱਕ ਰੈਸਟੋਰੈਂਟ ਦਾ ਨਾਮ ਹੈਗਾ ਉਹ ਤਾਜ ਹੋਟਲ ਤੋਂ ਨਾ ਕਹਿੰਦੇ ਉਹ ਅੱਛਾ ਤਾਜ ਠੀਕ ਆ ਸੋ ਫਾਈਨਲੀ ਆਪਾਂ ਹੁਣ ਇੱਥੇ ਬੰਦ ਕਰਦੇ ਆ ਤੇ ਆਪਾਂ ਖਾਣ ਪੀਣ ਚੱਲੇ ਆ ਤੇ ਓਕੇ ਬਾਏ ਸੋ ਕੇਕ ਕੱਟੀ ਨਾ ਤੁਸੀਂ ਵਲੌਗ ਵੇਖ ਲਿਆ ਵਾ ਕੇਕ ਉਹ ਕੱਟਾ ਹੋ ਗਿਆ ਵਾ ਬਾਈ ਨੇ ਕਹਿੰਦਾ ਤੁਹਾਨੂੰ ਖਵਾ ਪਿਆ ਦੇਈਏ ਐਂਜਲ ਤੇ ਨੇ ਖਾਣਾ ਨਹੀਂ ਤੇ ਬਿਮਾਰ ਆ ਤੇ ਉਹਦਾ ਭਰਾ ਕਹਿੰਦਾ ਜਿਮ ਜਾਣਾ ਮੈਂ ਤੇ ਆਪਾਂ ਇਹ ਭਾਈ ਨੂੰ ਤੇ ਆਲਵੇਜ਼ ਭੁੱਖ ਲੱਗੀ ਰਹਿੰਦੀ ਆ ਅਸੀਂ ਜਾ ਰਹੇ ਆ ਰਣਜੀਤ ਦੇਵੀ ਨੂੰ ਹਾਂਜੀ ਫਿਰ ਅਸੀਂ ਚੱਲਦੇ ਆ ਰੈਸਟੋਰੈਂਟ ਖਾਣ ਪੀਣ ਉੱਥੇ ਤੇ ਉੱਥੇ ਮਿਲਦੇ ਆ ਤੁਹਾਨੂੰ ਦਿਖਾਉਂਦੇ ਆ ਕੀ ਕੀ ਖਾਣੇ ਪੀਣੇ ਆ ਨਾਲੇ ਇੱਕ ਵੀਡੀਓ ਵੀ ਮੇਰੀ ਬਣਾ ਦਿਓ ਉੱਥੇ ਚੱਲ ਚੱਲ ਕੌਣ ਹੈ ਇਹ ਲੋਕ कहां से आते हैं सो फाइनली ਆਪਾਂ ਰੈਸਟੋਰੈਂਟ ਪਹੁੰਚ ਚੁੱਕੇ ਆ ਤੇ ਭਾਜੂ ਨਹੀਂ ਸਾਹਮਣੇ ਬੈਠੇ ਨੇ ਤੇ ਉੱਧਰ ਹੀ ਬੈਠੇ ਭਾਈ ਮਹਿੰਗੀਆਂ ਚੀਜ਼ਾਂ ਪੀਂਦੇ ਆ ਭਾਈ ਭਾਈ ਪੀਂਦੇ ਨਹੀਂ ਪੀ ਕਿਦਾਂ ਦਾ ਘਰੇ 10-10 20 ਵਾਲੀ ਬੋਤਲ ਨਹੀਂ ਦੀ ਸਪਰਾਈਟ ਵਾਲੀ ਨਾ ਉਹ ਪੀਂਦੇ ਘਰੇ ਘਰੇ ਉਹ ਨਹੀਂ 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 ਘਰੇ ਬ੍ਰਾਂਟੇ ਵਾਲੀ ਬੋਤਲ ਨਹੀਂ ਹੁੰਦੀ ਉਹ ਪੀਂਦੇ ਬ੍ਰਾਂਟੇ ਰੈੱਡ ਬੁੱਲ ਹੁੰਦਾ ਹੀ ਉਹ ਚੱਲ 1 hour ਜਸ ਮੇਰਾ ਵੀ ਦਿਲ ਖੁੱਲਾ ਨਹੀਂ ਮੇਰਾ ਰੁਕ ਜਾ आदत नहीं ना महंगी चीजा ਹੁਣ ਨਾ ਕੇ ਪਾਰਟੀ ਨਹੀਂ ਕਰਾਈ ਤੈਨੂੰ ਮੈਂ ਸਪੈਸ਼ਲ ਲੈ ਕੇ ਆਇਆ ਭਾਵੇਂ ਆਪਾਂ ਤਿੰਨ ਜਣੇ ਆ ਤੈਨੂੰ ਮੈਂ ਸਪੈਸ਼ਲ ਲੈ ਕੇ ਆਇਆ ਮੈਂ ਕਿਹਾ ਬਾਈ ਅੱਗੇ ਭਾਗ ਲਿਆ ਬਾਈ ਬੜੀ ਦੂਰੋਂ ਆਇਆ ਮੈਂ ਨਹੀਂ ਯਾਰ ਇਹਨੂੰ ਇਦਾਂ ਸੁੱਕਾ ਨਹੀਂ ਜਾਂਦੇ ਨਾ ਗਿੱਲਾ ਕਰਕੇ ਭੇਜਾਂਗੇ ਉਹ ਗਿੱਲਾ ਪਾਣੀ ਕੋਣ ਆ ਪਿਆ ਕੇ ਖਵਾ ਪਿਆ ਕੇ ਆਵੇ ਪੀਣ ਤੇ ਮੈਂ ਕਰੇ ਪਾਣੀ ਪੁਣਾ ਨਾ ਸੋ ਹੁਣ ਆਪਾਂ ਆਰਡਰ ਕਰਤਾ ਵਾ ਸਮਾਨ ਖਾਣ ਪੀਣ ਲਈ ਤੇ ਅੱਛਾ ਮੈਂ ਇੱਕ ਚੀਜ਼ ਤੇ ਬਾਕੀ ਆਪਣਾ ਅੱਡਾ ਬਣ ਗਿਆ ਹੈਗਾ ਪੱਕਾ ਇਹ ਸਾਡਾ ਆਪਣਾ ਹੀ ਰੈਸਟੋਰੈਂਟ ਆ ਜਦੋਂ ਮਰਜ਼ੀ ਆਈ ਜਾ ਆਪਣਾ ਹੀ ਆ ਡਿਵਾਰ ਹੈ ਤੈਨੂੰ ਮੈਨੂੰ ਬੜਾ ਦੋ ਆ ਗਏ ਜਨਾ ਆਪ ਵੀ ਪੀਏ ਰੈੱਡ ਬੁਲ ਨਾ ਸੌਰੀ ਨਹੀਂ ਕਰਨੀ ਇਹ ਸਪਾਂਸਰ ਨਹੀਂ ਹੈਗੀ ਯਾਰ ਉਹ ਇਹ ਪਹਿਲਾਂ ਹੀ ਖਰੀਦੀ ਆ ਨਹੀਂ ਪੀਣੀ ਹੈ ਗਲਤ ਗੱਲ ਹੈ ਇਹ ਨਹੀਂ ਪੀਣੀ ਚਾਹੀਦੀ ਇਹ ਨਹੀਂ ਪੀਣੀ ਚਾਹੀਦੀ ਮੈਂ ਪੀ ਕੇ ਦੱਦਾ ਖੱਟੀ ਖੱਟੀ ਤੇ ਕੀ ਆਰਡਰ ਕੀਤਾ ਆਰਡਰ ਮੈਂ ਇਹ ਤਾਂ ਕੀਤਾ ਹੀ ਨਹੀਂ ਮਤਲਬ ਕਿ ਇੱਧਰ ਸਮਝ ਗਏ ਅੱਛਾ ਚਿਕਨ ਤੁਸੀਂ ਮੈਂ ਨਾਲੇ ਖਾ ਕੇ ਜਾਣਾ ਤੇ ਨਾਲੇ ਲੈ ਕੇ ਜਾਣਾ ਇਹਨੇ ਵਾਅਦਾ ਕੀਤਾ ਹੈ ਲੈ ਕੇ ਜਾ ਮੇਰੀ ਗੱਲ ਸੁਣ ਭਾਜੀ ਵੀ ਕਹਿੰਦੇ ਨਹੀਂ ਆ ਕੇ ਰੋਟੀ ਨਹੀਂ ਖਾਣੀ ਇੱਥੇ ਫਿਰ ਰੋਟੀ ਮਿਲਦੀ ਵੀ ਨਹੀਂ ਆ ਕਹਿੰਦਾ ਰੋਟੀ ਨਹੀਂ ਖਾਣੀ ਮੈਂ ਜੇ ਕੁਲਚੇ ਛੋਲੇ ਮਿਲਦੇ ਭਟੂਰੇ ਛੋਲੇ ਰੇੜੀ ਤੇ ਇਹਨੂੰ ਖਵਾ ਦੇਣਾ ਇਸ ਨੂੰ ਜਾਂਦਾ ਜਾਂਦਾ ਤੈਨੂੰ ਮੈਂ ਕਿਹਾ ਵੇ ਨਾ ਵੱਡੀ ਰੇੜੀ ਮਾਰਕੀਟ ਦਾ ਹੈ ਨਾ ਇਹਨੂੰ ਓਏ ਇੱਥੇ ਜਾਣਾ ਹੀ ਨਾ ਮੈਂ ਇੱਥੇ ਰਹਿਣਾ ਮੈਂ ਨਹੀਂ ਜਾਣਾ ਚਲੋ ਆਪਾਂ ਹੁਣ ਵਿਖਾਉਂਦੇ ਹਾਂ ਕੀ ਖਾਂਦੇ ਹਾਂ ਕੀ ਪੀਂਦੇ ਹਾਂ ਅਤੇ ਨਜ਼ਰ ਲਾਉਂਦੇ ਹਾਂ ਥੋੜ੍ਹੀ ਜੀ ਅਜੀ ਸੱਚੀ ਬੜੀ ਹਾਂ ਘਾਤਕ ਹੁੰਦੀ ਨਾ ਜ਼ਹਿਰ ਓਏ ਲਵਲੀ ਕੁਹਾੜੀ ਪਕੌੜੇ ਆ ਗਏ ਤੇਰੇ ਬਰਗਰ ਦਾ ਪਕੌੜੇ ਫ੍ਰੀ ਰਹਿ ਗਿਆ ਢਾਬੇ ਵਾਲੇ ਤੁਸੀਂ ਇਹਨੂੰ ਕਹਿੰਦੇ ਆ ਪੋਟੈਟੋ ਵੇਜਿਸ ਓਕੇ ਆ ਟੇਸਟ ਨੋ 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 ਟੇਸਟ ਯੂ ਕੈਨ ਈਟ ਭਾਜੀ ਵੇਖੋ ਵੇਖ ਖਾਣ ਉਹ ਦੇ ਆਈ ਮੰਗਾਇਆ ਆ ਹੀ ਧਿਆਨ ਉਹਦੇ 'ਚ ਤੇਰੇ ਬਰਗਰ ਦਾ ਕਲਰ ਕਰਦਾ ਤੇਰਾ ਮੈਂ ਕੀਤਾ ਬਾਅਦ 'ਚ ਉਹ ਸੋ ਹੁਣ ਆਪਾਂ ਥੋੜ੍ਹੀ ਦੇਰ ਖਾਣ ਦਿਓ ਸਾਨੂੰ ਹਾਂ ਬਾਅਦ 'ਚ ਮਿਲਦੇ ਬਾਅਦ 'ਚੋਂ ਨਹੀਂ ਮਿਲਣਾ ਭਰਾ ਮੈਂ ਚਲੋ ਇੱਥੇ ਆਪਾਂ ਵਲੌਗ ਦੀ ਥੋੜ੍ਹੀ ਦੇਰ ਬਾਅਦ ਕਰਦੇ ਹਾਂ ਅਤੇ ਜਦੋਂ ਕੋਈ ਘੈਂਟ ਜੀ ਮੂਵਮੈਂਟ ਆਉਂਦੀ ਸਾਹਮਣੇ ਜਿੱਦਾਂ ਲਵਲੀ ਕੋਈ ਹਰਕਤ ਕਰਨ ਲੱਗਾ ਹੋਊਗਾ ਨਾਲ ਹੀ ਕੈਮਰਾ ਔਨ ਕਰ ਦਾਂਗੇ ਅਤੇ ਹਲੇ ਸੋਚਾਂ 'ਚ ਪਏ ਨੇ ਕਿ ਖਾਣਾ ਸਟਾਰਟ ਕਰਾਂ ਜੇ ਤੇਰੇ ਮੂੰਹ 'ਚ ਬਰਗਰ ਆ ਕਿੱਦਾਂ ਕੈਮਰਾ ਔਨ ਕਰੇ ਸਹੀ ਗੱਲ ਮੂੰਹ ਬਰਗਰ ਮੂੰਹ 'ਚ ਹੋਣਾ ਵਾ ਤੇਰੇ ਮੂੰਹ 'ਚ ਬਰਗਰ ਪਕੜ ਖਾ ਪੀ ਲਿਆ ਬਾਹਰ ਹਨੇਰਾ ਹੋ ਗਿਆ ਆ ਤੇ ਫੁੱਲ ਹੋ ਗਿਆ ਤੂੰ ਤੂੰ ਉੱਚੀ ਬੋਲ ਮੈਂ ਮੰਮੀ ਨੂੰ ਪਹਿਲੇ ਫੋਨ ਕਰਤਾ ਵੀ ਮੰਮੀ ਰੋਟੀ ਨਾ ਬਣਾਈ ਮੈਂ ਬਾਹਰੋਂ ਖਾ ਗਿਆ ਤੇ ਹੋਲੀ ਕੋ ਬੋਲਣਾ ਉੱਚੀ ਬੋਲ ਲਾ ਜਾ ਕੇ ਖਾ ਲਿਆ ਹਾਂਜੀ ਖਾ ਲਿਆ ਘਰੇ ਜਾਓ ਫਿਰ ਹੁਣ ਬਾਬਾ ਚੱਲਿਆ ਠੀਕ ਹੈ ਚੱਲ ਪਹਿਲੀ ਫੁਰਸਤ ਮੈਂ ਨਿਕਲ ਬਾਈ ਨੂੰ ਨਾਲ ਲੈ ਕੇ ਚੱਲਿਆ ਇਹ ਪੇਮੈਂਟ ਮੈਂ ਕਰਨੀ ਤੇ ਪੇਮੈਂਟ ਕਰ ਜਾ ਬਾ ਮੈਂ ਨਹੀਂ ਨਹੀਂ ਜਾ ਕਰ ਜਾ ਪੇਮੈਂਟ ਨਹੀਂ ਮੈਂ ਇੱਥੇ ਖਲੋ ਕੇ ਜਾਣਾ ਘਰ ਵੀ ਖੜ ਪ੍ਰੋਮੋਸ਼ਨ ਕਰ ਲਈ ਕਿਹੜੀ ਪ੍ਰੋਮੋਸ਼ਨ ਹਨੇਰਾ ਹੋ ਗਿਆ ਫਿਰ ਬਾਅਦ ਉਹ ਹਨੇਰਾ ਹੋ ਗਿਆ ਭਰਾ ਚੱਲ ਇੱਥੇ ਕਰ ਲੈਨੇ ਕਰ ਲੈਨੇ ਆ ਚਲੋ ਇੰਨਾ ਦੀ ਕੀਤੀ ਉਹ ਗੱਲ ਕਰ ਲੂਗਾ ਚਲੋ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ
ਤੇ ਆਪਣੇ 200 ਗਏ ਹੋ ਗਏ ਆ ਤੇ ਹੁਣ ਐਂਜਲ ਦੀ ਪਾਰਟੀ ਲੈਣੀ ਹੈ ਤੇ 300 ਗਏ ਹੋ ਲੱਗਾ ਤਿਆਰੀ ਹੈ ਸਾਰਿਆਂ ਨੇ ਵਧੀਆ ਕਰਾਂਗੇ ਪਾਰਟੀ ਮੇਰਾ ਗਰੀਬ ਤਾਂ ਵੀ ਸੋਚ ਇਹ 22 ਦਾ ਵੀ ਹੋ ਜਾਊਗਾ 22 ਦਾ ਵੀ ਜਲਦੀ ਜਲਦੀ ਕਰਦੇ ਆ ਅਗਲੇ ਸਾਲ ਕੇ ਕਰਦੇ ਲੱਗਾ ਹਲੇ 30 ਕੇ ਕਰਦੇ ਤੇ ਜੇ ਵੀ ਲੋਕ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਵੇ ਤੇਰੇ ਸੋਤ ਕੇ ਦੀ ਪਾਰਟੀ ਨਹੀਂ ਆਈ ਹਾਂ ਅਸੀਂ ਇਕੱਠੀ ਹੋਣੀ 1 ਮਿਲੀਅਨ ਦੀ ਕਰਾਂਗੇ ਬਸ ਮੇਰਾ ਆ ਗਿਆ ਪਾਰਟੀ ਚਲੋ ਇੱਥੇ ਕਰਦੇ ਹਾਂ ਵਲੌਗ ਦਾ ਐਂਡ ਬਾਏ।